ਸਟਿੱਕਰ ਵਾਲਾ ਤੇ ਕੰਮ ਸਿਰਾ ਹੀ ਹੋ ਗਿਆ ਚੈੱਕ ਕਰੋ ਬਾਕੀ ਲੱਗ ਆਡ ਰਿਹਾ ਆਪਣਾ ਇੱਧਰ ਕੀ ਰੱਖਿਆ ਚੱਲ ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਕਰਦਾ ਕਿ ਸਾਰੇ ਵਧੀਆ ਹੋਗੇ ਤੇ ਰਾਈਟ ਨੋ ਟਾਈਮ ਹੋ ਚੁੱਕਿਆ ਜੀ ਦੁਪਹਿਰਾਂ ਦੇ 12 ਵੱਜ ਗਏ ਨੇ ਤੇ ਧੁੱਪ ਚੈੱਕ ਕਰੋ ਅੱਜ ਨੇ ਨਾ ਇੰਨੀ ਕੁ ਜ਼ਿਆਦਾ ਗਰਮੀ ਨਾ ਇੱਕ ਨਾ ਪੈਲੀਆਂ ਪੂਲੀਆਂ 'ਚ ਅੱਗ ਉੱਗ ਵਗੈਰਾ ਲਾਈ ਆ ਉਹਦੇ ਕਰਕੇ ਚਾਰੇ ਪਾਸੇ ਧੂੰਆਂ ਧੂੰਆਂ ਆਇਆ ਅਤੇ ਗਰਮੀ ਬੜੀ ਜ਼ਿਆਦਾ ਅਤੇ ਅੱਜ ਆਪਾਂ ਨੇ ਥੋੜ੍ਹਾ ਜਿਹਾ ਮੋਟਰਸਾਈਕਲ ਦਾ ਕੰਮ ਕਰਾਉਣਾ ਸੀ ਪਹਿਲਾਂ ਤਾਂ ਆਪਾਂ ਨੇ ਸਟਿੱਕਰ ਰਿਮੂਵ ਕਰਾਤਾ ਵਾਲਾ ਚੈੱਕ ਕਰਿਓ ਜ਼ਿਆਦਾ ਹੀ ਛੋਟਾ ਆਇਆ ਸੀ ਅਤੇ ਉਹਦੇ ਕਰਕੇ ਸਾਰੇ ਭਰਾ ਦੇ ਸਹੀ ਨਹੀਂ ਲੱਗਦਾ ਇਹ ਕਰਕੇ ਮੈਂ ਰਿਮੂਵ ਕਰਾਤਾ ਆਹ ਇੱਕ ਉਹਦੇ 'ਤੇ ਨਾ ਥੋੜ੍ਹਾ ਜਿਹਾ ਪੈਣਾ ਵਾ ਅਤੇ ਬਾਕੀ ਜਿਹੜੇ ਭਰਾ ਆਉਂਦੇ ਸੀ ਮਗਰਾਟ ਵੱਲੋਂ ਵੀ ਮਗਰਾੜ 'ਚ ਮੋਟੀ ਮੋਟੀ ਪੱਤੀ ਲਾਓ ਫਿਰ ਮਗਰਾੜ ਨਹੀਂ ਹਿੱਲੇਗਾ ਅਤੇ ਉਹ ਵੀ ਕੰਮ ਆਪਾਂ ਨੇ ਡਨ ਕਰਤਾ ਵਾ ਅੱਜ ਪੱਕਾ ਹੀ ਹੁਣ ਚੈੱਕ ਕਰੋ ਮਾਸਾ ਜਿੰਨੀ ਸਪੇਸ ਨਹੀਂ ਰਹਿੰਦੀ ਹੈਗੀ ਐਂ ਬਿਲਕੁਲ ਹੀ ਓਕੇ ਲੱਗਦਾ ਜਦੋਂ ਆਪਾਂ ਨੇ ਵੀਡੀਓ ਬਣਾਉਣੀ ਹੁੰਦੀ ਉਦੋਂ ਉਤਾਰ ਲਈਦਾ ਅਤੇ ਜਦੋਂ ਕਿਤੇ ਉੱਦਾਂ ਜਾਣਾ ਉਦੋਂ ਲਾ ਲਈਦਾ ਵਾ ਹੁਣ ਅਤੇ ਪਹਿਲਾ ਜਗਾੜ ਤਾਂ ਆਪਣਾ ਫੇਲ ਹੋ ਗਿਆ ਸੀ ਇਹ ਕਰਕੇ ਮਗਰਾੜ ਆ ਵਾਲਾ ਚੇਂਜ ਕਰਾ ਕੇ ਅਤੇ ਹੁਣ ਦੋਵੇਂ ਨਵਾਂ ਜਗਾੜ ਲਾਇਆ ਵਾ ਇਹ ਵੀ ਮੈਂ ਤੁਹਾਨੂੰ ਦਿਖਾਉਣਾ ਕੀ ਮਤਲਬ ਹੁਣ ਜਿਹੜਾ ਜਗਾੜ ਲਾਇਆ ਚੈੱਕ ਕਰਿਓ ਹੁਣ ਆਪਾਂ ਨੇ ਤਾਂ ਕੀ ਕੀਤਾ ਵਾ ਤੁਸੀਂ ਵੀ ਕੁਛ ਵੀ ਕਰਨਾ ਕੋਈ ਬਿਲਡਿੰਗ ਕਰਾਉਣ ਦੀ ਲੋੜ ਨਹੀਂ ਆਪਾਂ ਨੂੰ ਜਾਂ ਕੋਈ ਵੀ ਵਾਧੂ ਪੱਤੀ ਵਗੈਰਾ ਲਾਉਣ ਦੀ ਨਹੀਂ ਜਿਹੜੇ ਨਟ ਦੇ ਨਾਲ ਆ ਨੰਬਰ ਪਲੇਟਾਂ ਲੱਗੀਆਂ ਹੁੰਦੀਆਂ ਇਹਦੇ ਵਿੱਚ ਦੋ ਆਪਾਂ ਨੇ ਪੱਤੀਆਂ ਲਾਈਆਂ ਵਾ ਜਿਹਦੇ ਨਾਲ ਆਪਾਂ ਹਾਰਨ ਵਗੈਰਾ ਲਾਉਂਦੇ ਹਾਂ ਨਾ ਉਹ ਵਾਲੀਆਂ ਪੱਤੀਆਂ ਲਾਈਆਂ ਅਤੇ ਇੱਥੇ ਆ ਦੇਖੋ ਇੱਧਰ ਚੈੱਕ ਕਰੋ ਦੋਵੇਂ ਪੱਤੀਆਂ ਲਾ ਕੇ ਅਤੇ ਇੱਧਰ ਆਪਾਂ ਨੇ ਸਿੱਧੀ ਇੱਥੋਂ ਥੋੜ੍ਹਾ ਜਿਹਾ ਐੱਲ ਟੈਪ ਜਿਹਾ ਕਰਤਾ ਅਤੇ ਆਹ ਚੈੱਕ ਕਰਿਓ ਹੁਣ ਕੋਈ ਸਪੇਸ ਨਹੀਂ ਰਹਿੰਦੀ ਵਾਧੂ ਐਂ ਬਿਲਕੁਲ ਓਕੇ ਹੋ ਕੇ ਜੁੜ ਜਾਂਦਾ ਵਾ ਅਤੇ ਬਾਕੀ ਜਿਹੜੇ ਭਰਾ ਆਉਂਦੇ ਵੀ ਆਹ ਲੈਗ ਗਾਰਡ ਲਾ ਦਿਓ ਸੋ ਇਹ ਵੀ ਅੱਜ ਆਪਾਂ ਨੇ ਉਤਾਰ ਦੇਣਾ ਵਾ ਅਤੇ ਅੱਜ ਤਾਂ ਫਿਲਹਾਲ ਇਹੀ ਕੰਮ ਕਰਨੇ ਆ ਇੱਕ ਆਹ ਲੈਗ ਗਾਰਡ ਲਵਾਉਣਾ ਵਾ ਅਤੇ ਇੱਕ ਇੱਥੇ ਸਟਿੱਕਰ ਲਵਾਉਣਾ ਐਂਡ ਇੱਕ ਨੰਬਰ ਪਲੇਟ ਬਣਾਉਣੀ ਆ ਬਾਕੀ ਟਾਇਰ ਵਾਲਾ ਕੰਮ ਥੋੜ੍ਹਾ ਜਿਹਾ ਸੁਣਨਾ ਥੋੜ੍ਹੀ ਜਿਹੀ ਮਨੀ ਪ੍ਰੋਬਲਮ ਚੱਲਣ ਡੀ ਸੀ ਇਹ ਕਰਕੇ ਸੋ ਜਲਦੀ ਕਰਾਵਾਂਗੇ ਉਹ ਵਾਲਾ ਵਲੌਗ ਵੀ ਤੁਹਾਨੂੰ ਜਲਦੀ ਵੇਖਣ ਨੂੰ ਮਿਲੂਗਾ ਬਾਕੀ ਹਵਾ ਦੀ ਵੋਇਸ ਆਉਣ ਡੀ ਹੋਈ ਸੋ ਇਗਨੋਰ ਕਰਿਓ ਮਿੱਤਰੋ ਚੱਲੇ ਆਉਣਾ ਆਪਾਂ ਅੱਡੇ ਨੂੰ ਜਿਹੜੇ ਬੰਦੇ ਕੋਲ ਆਪਾਂ ਅੱਗੇ ਟੇਪ ਕਰਾਉਂਦੇ ਸੀ ਉਹ ਅੱਜ ਉਹਦੀ ਵੀਰ ਦੀ ਸ਼ੋਪ ਬੰਦ ਆ ਹੁਣ ਹੋਰ ਕੋਈ ਵੇਚਦੇ ਆ ਜੇ ਤਾਂ ਸ਼ੋਪ ਖੁੱਲੀ ਹੋਈ ਬਲੈਕ ਕਲਰ ਦੀ ਸਪਰੇਅ ਵੱਜੂਗੀ ਅਤੇ ਫਿਰ ਓਕੇ ਹੋ ਜਾਊਗਾ ਫਿਲਹਾਲ ਇੱਥੇ ਇੱਕ ਰੈੱਡ ਲਾਈਨ ਲਗਾਉਂਦੇ ਹਾਂ ਨੀਚੇ ਫਿਰ ਓਕੇ ਲੱਗਣੀ ਚਿਪਕਾਵਾਂਗੇ ਅੱਗੇ ਨਟਾਂ ਵਾਲੀ ਲਾਈ ਉਹਦੇ ਕਰਕੇ ਥੋੜ੍ਹੀ ਜਿਹੀ ਬੁਰੀ ਲੱਗਦੀ ਇੱਕ ਆਹ ਚੀਜ਼ ਥੱਲੇ ਉਹ ਦੇਖਦੀ ਹੁਣ ਤਾਂ ਓਕੇ ਲੱਗੂ ਇੱਦਾਂ ਨੰਬਰ ਪਲੇਟ ਵਾਲਾ ਕੰਮ ਹੋ ਗਿਆ ਡਨ ਹੁਣ ਥੋੜ੍ਹਾ ਜਿਹਾ ਵੀਰ ਕੰਮ ਡਿਆ ਕਰਨ ਮੈਂ ਚੱਲ ਫ੍ਰੀ ਹੋ ਜਾਏ ਫਿਰ ਹੀ ਵੀਰ ਕੋ ਕਰਾਉਂਦੇ ਹਾਂ ਅੱਗੇ ਬਾਕੀ ਹੁਣ ਓਕੇ ਲੱਗਣ ਡਿਆ ਅੱਗੇ ਨਾ ਥੱਲੇ ਉਹ ਸਾਰਾ ਦੇਖਦਾ ਹੁੰਦਾ ਸੀ ਉਹਦੇ ਕਰਕੇ ਨਾ ਹੁਣ ਤਾਂ ਓਕੇ ਆ ਪੂਰਾ ਟਿੱਚ ਬਣ ਗਿਆ ਇਰਾਦਾ ਵੀ ਪਿੱਛੇ ਵੀ ਨੰਬਰ ਪਲੇਟ ਲਗਾਉਣ ਦਾ ਬਟ ਇਹ ਆਪਾਂ ਟੈਂਪਰੇਰੀ ਰੱਖਿਆ ਕਰਕੇ ਮੈਂ ਰਹਿਣ ਹੀ ਦਿੰਦੇ ਹਾਂ ਕਿਉਂਕਿ ਮਗਰਾੜ 'ਤੇ ਆਪਾਂ ਨੇ ਲਾ ਹੀ ਦੇਣਾ ਹੁੰਦਾ ਇਹ ਤਾਂ ਵੈਸੇ ਹੀ ਰੱਖਿਆ ਬਸ ਬਚ ਬਚਾਵ ਲਈ ਬਾਕੀ ਲਾ ਕੇ ਤਾਂ ਫਿਰ ਵੀਡੀਓ ਵੂਡੀ ਐਂਡ ਲੱਗਦੀ ਪੂਰੀ ਹੁਣ ਆਹ ਰਿਮੂਵ ਕਰਾ ਕੇ ਦੇ ਦੇ ਤਾਂ ਲਵਾਉਂਦੇ ਹਾਂ ਸਟਿੱਕਰ ਬਾਬੇ ਵੀਰ ਮਹਾ ਫ੍ਰੀ ਹੋਇਆ ਹੁਣ ਸਟਿੱਕਰ ਕਢਾਉਂਦੇ ਹਾਂ ਟੈਂਕੀ ਲਈ ਐਰਕਾ ਨਾ ਪੂਰਾ ਵੱਡਾ ਜਿਹਾ ਕਢਾਉਣਾ ਜਿਹੜਾ ਮੈਂ ਵੀ ਪੂਰਾ ਸਾਇਜ਼ ਆ ਜੇ ਐਂ ਬਿੱਗ ਜਿਹਾ ਕਰਕੇ ਹਲਕਾ ਵਾਲਾ ਹੀ ਕਢਾਈ ਹੈ ਨਾ ਇਹਨਾਂ ਤੋਂ ਇਲਾਵਾ
ਜਿਹੜੇ ਅੱਗੇ ਕੱਢੇ ਸੀ ਉਹਨਾਂ 'ਚ ਕੱਢਿਆ, ਜੂਮ ਮਾਰਿਆ ਥੋੜ੍ਹਾ ਜਿਹਾ। ਆਹ ਕਰ ਦਿਓ ਵਿੱਚ ਜਿਹੜਾ ਫੇਸ ਆ ਨਾ ਉਹ ਰੈੱਡ ਕਰ ਦਿਓ ਅਤੇ ਬਾਕੀ ਬਲੈਕ ਰਹਿਣ ਦਿਓ। ਨਹੀਂ ਇਕੱਲਾ ਫੇਸ ਰੈੱਡ ਰੱਖਿਓ, ਜਾਂ ਫਿਰ ਆਹ ਵਾਲੀ ਚੀਜ਼ ਮੰਗਣ ਲਈ ਰੈੱਡ ਕਰ ਦਿਓ, ਆ ਬਾਕੀ ਬਲੈਕ ਦੇ ਵਿੱਚ ਫੇਸ ਬਲੈਕ ਹੋ ਜਾਵੇ, ਆਹ ਮੰਗਣ ਲਈ ਵੀ ਰੈੱਡ। ਟੈਂਕੀ ਦੀ ਹੋ ਗਈ ਸਫਾਈ, ਓਕੇ ਭਾਈ ਬਾ ਚੈੱਕ ਕਰਿਓ ਸਟਿੱਕਰ ਆ ਗਏ, ਆਹ ਤਾਂ ਗੱਡੀ ਗੁੱਡੀ ਦੇ ਲੱਗਦੇ ਹੋਣੇ ਨਾ, ਤੇ ਆਹ ਬੁਲਟਾਂ ਦੇ ਆ, ਉੱਦਾਂ ਰੈਡੀਮੇਡ ਵੀ ਹੈਗੇ ਆ ਚੈੱਕ ਕਰਿਓ, ਪਰ ਇਹਨਾਂ ਦਾ ਸਾਈਜ਼ ਬੜਾ ਛੋਟਾ ਜਿਹਾ, ਉਦਣ ਆਪਾਂ ਇਹੀ ਲਵਾਇਆ ਸੀ ਇਹਦੇ ਇਹਦੇ 'ਚੋਂ ਕੱਢਿਆ ਆ ਇਹ ਸਾਈਜ਼ ਛੋਟਾ। ਰੈੱਡ ਰੈੱਡ ਮੈਚਿੰਗ ਹੋ ਜਾਣੀ ਆ, ਆਹ ਵੀ ਚੀਜ਼ ਆਪਣੀ ਨਿਓਨ ਲਾਈਟ ਵੀ ਰੈੱਡ ਹੋ ਜਾਣੀ ਇੱਥੋਂ, ਅਤੇ ਆਹ ਪੱਟੀ ਵੀ ਰੈੱਡ ਵਾ, ਉਸ ਤੋਂ ਬਾਅਦ ਆਹ ਚੀਜ਼ ਵੀ ਰੈੱਡ ਹੈ, ਓਕੇ ਹੋ ਜਾਣਾ ਪੂਰਾ ਮੈਚਿੰਗ ਮੈਚਿੰਗ ਹੋ ਜਾਣੀ। ਲਓ ਮਿੱਤਰੋ ਹੁਣ ਕਟਿੰਗ ਹੋਊਗੀ, ਪਹਿਲਾਂ ਵਾਈਟ ਵਾਲੇ ਦੀ ਫਿਰ ਰੈੱਡ ਵਾਲੇ ਦੀ ਹੋਊਗੀ। ਹੁਣ ਵਾਰੀ ਆ ਗਈ ਰੈੱਡ ਦੀ, ਫਾਈਨਲੀ ਵਾੜੀ ਆ ਗਈ ਆ ਟੈਂਕੀ ਦੇ ਸਟਿੱਕਰ ਲੱਗਣ ਦੀ, ਫਿਰ ਟੇਢਾ ਜਿਹਾ ਕਰਕੇ ਲਾਵਾਂਗੇ ਨਾ। ਜੱਚ ਗਿਆ ਵਾ, ਰੈੱਡ ਕਲਰ ਨਾਲ ਵਧੀਆ ਆ ਗਿਆ ਨਾ, ਕੱਲਾ ਵਾਈਟ ਵਾਈਟ ਨਹੀਂ ਸਹੀ ਲੱਗਣਾ। ਬਈ ਸਟਿੱਕਰ ਵਾਲਾ ਕੰਮ ਹੋ ਗਿਆ ਆਪਣਾ ਡਨ, ਅਤੇ ਨੰਬਰ ਪਲੇਟ ਵਾਲਾ ਵੀ ਫਿਲਹਾਲ, ਅਤੇ ਹੁਣ ਤੁਹਾਡੇ ਕਹਿਣ 'ਤੇ ਲੈਗ ਹਾਰਡ ਲੱਥਣ ਲੱਗਾ ਵਾ, ਇਹ ਡਰ ਬੜਾ ਹੁੰਦਾ ਕਿਉਂਕਿ ਟੈਂਕੀ ਦਾ ਬਹੁਤ ਖਤਰਾ ਰਹਿੰਦਾ। ਲਾ ਦੀ ਵੀਰਾ ਫਿਰ ਹੈਗੇ ਚਾਬੀ ਪਾਨੇ ਦੇ, ਹੁਣ ਲੈਗ ਹਾਰਡ ਵਾਲਾ ਵੀ ਕੰਡਾ ਕੱਢ ਹੀ ਦਿੱਤਾ ਅੱਜ ਅਸੀਂ। ਬਾਬੇ ਲੈਗ ਗਾਰਡ ਵੀ ਲੱਥ ਗਿਆ ਜੇ, ਹੁਣ ਘਰ ਨੂੰ ਚੱਲੀਏ ਅਤੇ ਫਿਰ ਤੁਹਾਨੂੰ ਦਿਖਾਉਂਦੇ ਹਾਂ ਬਾਕੀ ਕੀ ਕੰਮ ਕਰਾਇਆ ਅਤੇ ਕਿੱਦਾਂ ਦੀ ਲੁੱਕ ਲੱਗਣ ਡੀ ਆ। ਫਰੰਟ ਜਿਹੜਾ ਆਹ ਵਾਲਾ ਇੱਥੇ ਸਟਿੱਕਰੀ ਆ ਆਪਾਂ ਲਵਾ ਕੇ ਅਤੇ ਇੱਥੇ ਲਵਾ ਤਾ ਵਾਈਟ ਵਾਲਾ, ਠੀਕ ਲੱਗਣ ਡਿਆ ਵੀ ਹੈ ਨਾ, ਵੀ ਸੋਹਣਿਆ। ਕੱਢ ਲਾ ਹੌਲੀ ਹੌਲੀ ਬਾਹਰ ਗੱਡੀ, ਕਿੰਨੇ ਵਜੇ ਆਏ ਐਂ ਕਰੋ, 12 ਵਜੇ ਆਏ ਸੀ ਅਤੇ 1 ਵੱਜ ਗਿਆ, 1 ਕਿ 1:30 ਵੱਜ ਗਿਆ ਨਾ ਨਾ। ਹੁਣ ਪੈਸੇ ਲਈਏ ਵੀਰ ਕੋਲ ਵਾਸਤੇ ਫਿਰ ਚੱਲੀਏ, ਕਰ ਸਟਾਰਟ। ਲਓ ਮਿੱਤਰੋ ਹੁਣ ਪਿੰਡ ਚੱਲੀਏ ਮਿੰਟੋ ਮਿੰਟ, ਅਤੇ ਫਿਰ ਤੁਹਾਨੂੰ ਮੈਂ ਦੱਸਦਾ ਵਾਂ ਵੀ ਹੁਣ ਲੁੱਕ ਕਿੱਦਾਂ ਦੀ ਲੱਗਣ ਡੀ ਹੈ। ਬਾਕੀ ਲੈਗ ਹਾਰਡ ਰਿਹਾ ਆਪਣਾ ਇੱਧਰ, ਸਵੇਰ ਦਾ ਯਾਰ ਮੈਂ ਇੱਦਾਂ ਹੀ ਨਿਕਲ ਆਇਆ ਘਰੋਂ, ਚਾਹ ਪੀਤੀ ਆ ਸਿਰਫ ਅਤੇ ਮਾੜਾ ਜਿਹਾ ਮੂੰਹ ਹੱਥ ਧੋਤਾ, ਅਤੇ ਇੱਦਾਂ ਮੈਂ ਪਹਿਲਾਂ ਟੇਪ ਵਾਲਾ ਕੰਮ ਕਰਾ ਦੀ, ਕਿਉਂਕਿ ਐਤਵਾਰ ਨਾ ਦੁਕਾਨਾਂ ਜ਼ਿਆਦਾਤਰ ਬੰਦ ਹੋ ਜਾਂਦੀਆਂ 12-1 ਵਜੇ ਆਪਣੇ ਇੱਧਰ, ਅਤੇ ਹੁਣ ਮਿੰਟੋ ਮਿੰਟ ਚੱਲੀਏ ਪਿੰਡ ਨੂੰ। ਵੀਰ ਮੇਰੇ ਦੀ ਟੋਪੀ ਲੱਥ ਗਈ ਆ, ਅੱਗ ਨਾਲ ਸੇਕ ਪੈ ਗਏ ਮੋਰ, ਫਿਰ ਚੱਲੀਏ, ਬੈਟਰੀ ਵੀ ਲੋਅ ਹੋਣ ਵਾਲੀ ਆ, ਛੇਤੀ 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 ਛੇਤੀ, ਕਮਾਉਣ ਕਮਾਉਣ ਕਮਾਉਣ। ਹੈਲੋ ਮੱਠੀ, ਆ ਜੇ ਮੱਠੀ, ਸਾਰੇ ਪੌਦੇ ਮੱਠੀ ਕੀ ਕਰਦਾ ਮੱਠੀ, ਸਾਡਾ ਪੇਂਟਰ ਜੇ, ਚੱਲ ਮੱਠੀ ਆ ਜਾ, ਚੱਲ ਚੱਲ ਉਹ ਉੱਥੇ ਖਲਾੜ ਛਾਵੇਂ ਜੇ। ਪਹੁੰਚ ਗਏ ਹਾਂ ਪਿੰਡ, ਅਤੇ ਉੱਧਰ ਚੱਲਣ ਡਿਆ ਜੇ ਗੁੱਲੀ ਡੰਡਾ,
तो इधर रहा जी अपना लैग गार्ड, तो लैग गार्ड तो बिना तुम लुक विखा वा। सो इधर चैक करो, लैग गार्ड तो बिना लुक सारे भरावान की डिमांड ही, तो वो करके लाया। वैसे मेरा इरादा नहीं लाने को, मैं थोड़ा जहा डर आता। तो बाकी एक अपने अच्छ काम कराया वा जी नंबर प्लेट वाला। सो इधर रही जी अपनी नंबर प्लेट, तो एक अपने काम कराया वा जी स्टिकर वाला। सो यार स्टिकर वाला तो काम सिरा ही हो गया, चैक करो बिल्कुल एंड लगता पाया स्टिकर वाला काम। तो बस एक दो दिन के आप टायर वाला भी कंडा कट देना वा, तो फिर अपना सारा काम डन हो जाना। बाकी तुम मैं पिछे लुक विखा यदि मगराड़ ला के, मगराड़ तो बिना कि लगता आ चेक करो इदा दुक आन दी मगराड़ तो बिना। तो टेंकी का स्टिकर कुछ इदा का लगन दिया, हूँ पूरा वधिया लगा है वड्डा स्टिकर। बाकी यार रैड वाला तो सिरा ही हो गया ना, तो फ्रंट लुक इदा दी है बिना लैग गार्ड तो। हजे थोड़ी जी आउट जी लगन दी है, क्योंकि टायर जरा वा ना वो पतला, जिदन टायर लथ गए तो मगराड़ लथ गया तो टायर मोटा पै गया, फिर बिल्कुल ही ओके लगेगा। बाकी इदा भी सिरा ही लगता पाया, सिरा ही खुशी अंदरों खुशी होंगी। बाकी हम इनू ला लीए, डर बड़ा होंगे पुलिस बहुत घूमती है। देखो आराम ना लग जाना, कोई स्पेस नहीं रहनी वादू नहीं, इतने रखा चल भी ए पूरी स्पेस भी कवर करता वा। तो होप करता तुहानू अज वाला ये वाला व्लॉग वधिया लगा होगा। वधिया लगा लाइक शेयर एंड कमेंट जरूर करो। तो टेंशन नहीं लैनी, बस एक दो दिन के टायर वाला काम भी निकल जाना अपना, फिर लाइटां हो जाना, फिर ओके पूरा डन हो जाना काम। तो इस व्लॉग नू इत्थे खत्म करते हैं, होप करते तुहानू वधिया लगा। वधिया लगा लाइक शेयर एंड कमेंट जरूर करो, चैनल नू सबसक्राइब कर लियो। बाकी मिलते हैं तुहानू नैक्सट व्लॉग के नाल, टिल दैन टेक केयर, रब रखा।